ਤੇ ਕਹਿੰਦੇ ਨੇ ਕਿ ਕੁਦਰਤ ਹਰ ਇਨਸਾਨ ਨੂੰ ਕੋਈ ਨਾ ਕੋਈ ਹੁਨਰ ਜ਼ਰੂਰ ਬਖਸ਼ਦੀ ਏ, ਪਰ ਕੁਝ ਲੋਕ ਅਜਿਹੇ ਵੀ ਨੇ ਜੋ ਔਖੇ ਸਮੇਂ ਹਿੰਮਤ ਛੱਡ ਕੇ ਬੈਠ ਜਾਂਦੇ ਨੇ ਅਤੇ ਇਸੇ ਕਾਰਨ ਉਹਨਾਂ ਦਾ ਹੁਨਰ ਵੀ ਅੰਦਰ ਹੀ ਦੱਬ ਜਾਂਦਾ ਹੈ। ਪਰ ਕੁਝ ਲੋਕ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੀ ਆਪਣਾ ਹੌਸਲਾ ਨਹੀਂ ਟੁੱਟਣ ਦਿੰਦੇ। ਅਜਿਹਾ ਹੀ ਇੱਕ ਵਿਅਕਤੀ ਏ ਰਾਕੇਸ਼ ਕੁਮਾਰ, ਜੋ ਪੇਸ਼ੇ ਤੋਂ ਗੁਬਾਰੇ ਫੁਲਾ ਕੇ ਵੇਚਣ ਦਾ ਕੰਮ ਕਰਦਾ ਹੈ। ਰਾਕੇਸ਼ ਗ੍ਰਾਹਕਾਂ ਨੂੰ ਖਿੱਚਣ ਲਈ ਆਪਣੇ ਵੱਖਰੇ ਹੀ ਹੁਨਰ ਦੀ ਵਰਤੋਂ ਕਰਦਾ ਹੈ। ਮੂੰਹ ਵਿੱਚੋਂ ਤੋਤੇ, ਮੋਰ ਅਤੇ ਹੋਰ ਕਈ ਜਾਨਵਰਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਸੁਰੀਲੀਆਂ ਆਵਾਜ਼ਾਂ ਕੱਢ ਕੇ ਰਾਕੇਸ਼ ਕੁਮਾਰ ਸੜਕ 'ਤੇ ਚੱਲਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦਾ ਹੈ। ਅੰਮ੍ਰਿਤਸਰ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਗੁਰਦਾਸਪੁਰ ਦੀਆਂ ਸੜਕਾਂ ਤੇ ਅਕਸਰ ਗੁਬਾਰੇ ਵੇਚਦਾ ਹੈ। ਰਾਕੇਸ਼ ਮੁਤਾਬਕ ਇਹਨਾਂ ਆਵਾਜ਼ਾਂ ਤੋਂ ਖੁਸ਼ ਹੋ ਕੇ ਹੀ ਲੋਕ ਉਸ ਕੋਲ ਆਉਂਦੇ ਨੇ ਅਤੇ ਕੁਝ ਨਾ ਕੁਝ ਖਰੀਦ ਕੇ ਲੈ ਕੇ ਜਾਂਦੇ ਨੇ। ਇਹੋ ਨਹੀਂ, ਰਾਕੇਸ਼ ਕੁਮਾਰ ਫਾਲਤੂ ਸਮੇਂ ਵਿੱਚ ਘੋੜਸਵਾਰੀ ਸਿਖਾਉਣ ਅਤੇ ਘੋੜੀਆਂ ਨੂੰ ਢੋਲ ਦੀ ਥਾਪ ਤੇ ਨੱਚਣਾ ਸਿਖਾਉਣ ਦੇ ਆਪਣੇ ਹੁਨਰ ਦਾ ਇਸਤੇਮਾਲ ਕਰਕੇ ਵੀ ਪੈਸੇ ਕਮਾ ਰਿਹਾ ਹੈ। ਰਾਕੇਸ਼ ਕੁਮਾਰ, ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਕੰਮ ਇਹ 15 ਸਾਲ ਤੋਂ ਕਰਨ ਡਿਆ ਜੀ। ਮੇਰਾ ਡੈਡੀ ਰਿਸ਼ਕਾ ਚਲਾਉਂਦਾ ਸੀ, ਘਰ ਦੀ ਗਰੀਬੀ ਬਹੁਤ ਸੀ, ਉਦੋਂ ਕਿਰਾਏ 'ਤੇ ਕਮਰੇ ਵੀ ਬਹੁਤ ਮੁਸ਼ਕਲ ਨਾਲ ਮਿਲਦੇ ਸੀ ਜੀ। ਅਸੀਂ 3 ਭੈਣ ਭਰਾਵਾਂ, 2 ਭੈਣਾਂ ਵਾਂ ਅਤੇ ਮੈਂ ਸਭ ਤੋਂ ਵੱਡਾ ਵਾਂ। ਦੋਵਾਂ ਦਾ ਵਿਆਹ ਕਰਤਾ। ਜਦੋਂ ਇਹ ਕੰਮ ਬਾਊ ਜੀ ਮੈਂ ਚਾਲੂ ਕੀਤਾ ਸੀ, ਉਦੋਂ ਮੈਂ 15 ਸਾਲ ਦਾ ਸੀ, ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀ ਅਤੇ ਇਹ ਕੰਮ ਮੈਂ ਚਾਲੂ ਕੀਤਾ ਜੀ। ਇਹ ਬੈਲੂਨ ਬਣਾਉਣ ਦਾ ਕੰਮ ਚਾਲੂ ਕੀਤਾ ਵਾ, ਇਹ 'ਚ ਗੁਬਾਰੇ ਵੇਚਦਾ ਵਾਂ, ਛਤਰੀ, ਟੋਕਰੀ, ਜੱਗ, ਵਰਲਡ ਕੱਪ, ਮੌਂਕੀ, ਬੱਚਿਆਂ ਦਾ ਮਨੋਰੰਜਨ ਕਰਦਾ ਵਾਂ। ਗਾਹਕ ਨੂੰ ਖਿੱਚਣ ਵਾਸਤੇ ਮੈਂ ਆਵਾਜ਼ਾਂ ਕੱਢਦਾ ਵਾਂ, ਤੋਤੇ ਦੀ, ਕੁੱਤੇ ਦੀ, ਮੋਰ ਦੀ ਅਤੇ ਮਿੱਠੂ ਦੀ। ਇਹ ਕੰਮ ਕਰਦੇ ਕਰਦੇ ਮੈਨੂੰ ਕਾਫੀ ਚਿਰ ਹੋ ਚੱਲਿਆ ਵਾ, ਜੋ ਕਿ ਮੇਰਾ ਘਰ ਦਾ ਗੁਜ਼ਾਰਾ ਵਧੀਆ ਚੱਲਣ ਡਿਆ ਜੀ। ਹਾਂਜੀ, ਆਵਾਜ਼ਾਂ ਕੱਢਦਾ ਮੈਂ, ਜੋ ਕਿ ਬੱਚੇ ਦਾ ਧਿਆਨ ਪਵੇ, ਗਾਹਕ ਦਾ ਧਿਆਨ ਪਵੇ, ਕਿ ਇਹ ਦੇਖਣ ਕਿ ਕੀ ਇਹ ਚੀਜ਼ ਹੈਗੀ ਆ। ਉਹਦੇ ਬਾਅਦ ਸਾਹਿਬ ਜੀ ਮੈਂ ਮਿਹਨਤ ਬੜੀ ਕੀਤੀ, ਬੱਚੇ ਛੋਟੇ ਛੋਟੇ ਪਾਲੇ, ਇਕੱਲਾ ਘਰ 'ਚ ਪਰਿਵਾਰ 'ਚ ਮੈਂ ਸਭ ਤੋਂ ਵੱਡਾ ਵਾਂ। ਡੈਡੀ ਮੰਮੀ UP ਰਹਿੰਦੇ ਸੀ, ਮੈਂ ਆ ਕੇ ਇੱਥੇ ਬੜੀ ਮਿਹਨਤ ਕੀਤੀ। ਪਰਿਵਾਰ 'ਚ 2-3 ਬੇਟੇ ਆ ਮੇਰੇ, ਇੱਕ ਵੱਡਾ, ਇੱਕ ਛੋਟਾ, ਇੱਕ ਵਿਚਕਾਰ ਦਾ। ਰਾਜੂ ਸਭ ਤੋਂ ਵੱਡਾ ਜੀ, ਉਹ ਡਿਜ਼ਾਇਨਿੰਗ ਦਾ ਕੰਮ ਕਰਦਾ, ਬੱਚੇ ਪੜ੍ਹਾ ਪੜ੍ਹਾ ਕੇ ਮੈਂ ਬੜੀ ਮਿਹਨਤ ਕੀਤੀ, ਬੱਚੇ ਪੜ੍ਹਾਏ। ਉਹਦੇ ਬਾਅਦ ਕਿੰਨਾ ਪੜ੍ਹੇ ਬੱਚੇ? BA ਪੜ੍ਹਿਆ ਮੁੰਡਾ ਜੀ, ਵੱਡਾ। ਬਹੁਤ ਮਿਹਨਤ ਕਰਾਈ। ਹੁਣ ਇਹ ਸੁਨਾਰੇ ਦਾ ਕੰਮ ਕਰਦਾ ਜੀ, ਉਹਦੇ 'ਚ ਡਿਜ਼ਾਇਨਿੰਗ ਬਣਾਉਂਦਾ ਜੀ। ਹਾਂਜੀ, ਇਸੇ ਕੰਮ ਤੋਂ ਬੱਚੇ ਪੜ੍ਹਾਏ ਆ। ਇਹ ਕਰਦੇ ਕਰਦੇ ਬੱਚੇ ਦੂਸਰਾ ਮੁੰਡਾ ਵਾ, ਉਹਨੂੰ ਮੈਂ 10ਵੀਂ ਪੜ੍ਹਾਇਆ ਵਾ, ਉਹਦੇ ਪਾਠੀ ਦਾ ਕੰਮ ਕਰਦਾ ਸਾਹਿਲ ਜੀ। ਰਾਕੇਸ਼ ਕੁਮਾਰ ਸਿੱਖੀ ਬਾਣੀ 'ਚ ਰਹਿੰਦਾ ਹੈ ਅਤੇ ਉਸਦਾ ਇੱਕ ਪੁੱਤਰ ਵੀ ਪਾਠੀ ਵਜੋਂ ਕੰਮ ਕਰਦਾ ਹੈ। ਰਾਕੇਸ਼ ਕੁਮਾਰ ਮੁਤਾਬਕ ਉਸਨੇ ਜ਼ਿੰਦਗੀ 'ਚ ਰੱਜ ਕੇ ਮਿਹਨਤ ਕੀਤੀ, ਆਪਣੇ ਹੁਨਰ ਨੂੰ ਚੰਗੇ ਪਾਸੇ ਲਾਇਆ ਅਤੇ ਅੱਜ ਉਸਨੇ ਉਹ ਸਭ ਕੁਝ ਬਣਾ ਲਿਆ ਜੋ ਉਹ ਬਣਾਉਣਾ ਚਾਹੁੰਦਾ ਸੀ। ਘਰ ਬਈ ਮਿਹਨਤ ਕਰਕੇ ਦਿਹਾੜੀਆਂ ਲਾ ਲਾ ਕੇ ਮਿਹਨਤ ਬਹੁਤ ਕੀਤੀ ਆ। ਉਹਦੇ ਬਾਅਦ ਮਿਹਨਤ ਕਰਕੇ ਮੈਂ 5 ਮਰਲੇ ਜਗ੍ਹਾ ਲਿੱਤੀ, ਉਹਦੇ ਬਾਅਦ ਹੌਲੀ ਹੌਲੀ ਕਰਕੇ ਮੈਂ ਕਮਰੇ ਪਾਏ, ਛੱਤ, ਕਾਨਿਆਂ ਦੀ ਛੱਤ 'ਚ ਰਹਿ ਕੇ ਗੁਜ਼ਾਰਾ ਕੀਤਾ 30 ਸਾਲ ਜੀ। ਉਹਦੇ ਬਾਅਦ ਮੈਂ ਮਾਲਕ ਨੇ ਬੜੀ ਕਿਰਪਾ ਕੀਤੀ, ਉਹਦੇ ਬਾਅਦ ਅਸੀਂ 2 ਕਮਰੇ ਬਣਾਏ ਆ, 2 ਕਮਰੇ, 1 ਰਸੋਈ, ਬਾਥਰੂਮ, ਲੈਟਰਿੰਗ। ਮਾਲਕ ਨੇ ਬੜਾ ਕੁਝ ਦਿੱਤਾ ਜੀ, ਕਿਰਪਾ ਮਾਲਕ ਦੀ ਬੜੀ ਆ ਜੀ।
ਹੋਰ ਕੀ ਕਰ ਲੈਂਦੇ ਹੋ? ਮੈਂ ਉਹਦੇ ਬਾਅਦ ਇਹਦੇ ਬਾਅਦ ਵੀ ਮੈਂ ਥੋੜ੍ਹਾ ਜਿਹਾ ਕੰਮ ਕਰਦਾ ਵਾਂ, ਜਿਸ ਤਰ੍ਹਾਂ ਘੋੜੀ ਸਿਖਾਉਣਾ, ਘੋੜੀ ਨੂੰ ਨੱਚਣਾ, ਬੱਚੇ ਨੂੰ ਸਿਖਾਉਣਾ, ਬੱਚੇ ਨੂੰ ਨੱਚਣਾ, ਕੁੱਤਿਆਂ ਨੂੰ ਮਤਲਬ ਜਾਤ ਸਿਖਾਉਣੀ, ਕਿਸ ਤਰ੍ਹਾਂ ਬਹਿਣਾ, ਕਿਸ ਤਰ੍ਹਾਂ ਖਲੋਣਾ, ਦੁਕਾਨ ਤੋਂ ਸੌਦਾ ਕਿਸ ਤਰ੍ਹਾਂ ਲਿਆਉਣਾ ਵਾਂ, ਮੈਨੂੰ ਇਹ ਵੀ ਸ਼ੌਂਕ ਹੈਗਾ ਜੀ। ਬੜੀ ਮਿਹਨਤ ਕਰਕੇ ਇਹ ਸ਼ੌਂਕ ਮੈਂ ਆਪਣਾ ਕਾਮਯਾਬ ਕੀਤਾ ਵਾ। ਸਿਖਾਉਣ ਦਾ ਕੰਮ ਵੀ ਮਿਲਦਾ? ਹਾਂਜੀ, ਘੋੜੀ ਸਿਖਾਉਣ ਦਾ ਵੀ ਕੰਮ ਮਿਲਦਾ ਕਿ ਜੱਟਾਂ ਤੋਂ ਮਿਲ ਜਾਂਦਾ ਵਾ। ਜਿਸ ਤਰ੍ਹਾਂ ਕੋਈ ਸ਼ੌਂਕ ਨਾਲ ਘੋੜੀਆਂ ਰੱਖੀਆਂ ਵਾਂ, ਕਿਸੇ ਵੇਲੇ ਘੋੜੀਆਂ ਦੇ ਬੱਚੇ ਵੀ ਨਹੀਂ ਪੈਂਦੇ, ਡਰਦੇ ਆ, ਉਹਨਾਂ ਨੂੰ ਜਾਤ ਸਿਖਾਈ ਦੀ, ਬੱਚਿਆਂ ਦੀ ਬਹਿਣ ਦੀ ਜਾਤ ਸਿਖਾਈ ਦੀ ਆ, ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਨੱਚਣ ਦੀ ਜਾਤ ਸਿਖਾਈ ਦੀ, ਘੋੜੀਆਂ ਨੂੰ ਨੱਚਣ ਸਿਖਾਈ ਦੀ ਆ, ਉਹਦੀ ਉੱਤੇ ਬਹਿਣ ਦੀ ਜਾਤ ਸਿਖਾਈ ਦੀ ਆ, ਬੰਦਿਆਂ ਨੂੰ ਵੀ ਜਾਤ ਸਿਖਾਈ ਦੀ, ਬੱਚਿਆਂ ਨੂੰ ਵੀ ਜਾਤ ਸਿਖਾਈ ਦੀ ਹੈ ਜੀ। ਮਿਹਨਤ ਕਰਕੇ ਸਭ ਕੁਝ ਬਣਾਇਆ। ਹਾਂਜੀ, ਮਿਹਨਤ ਕਰਨ ਵਾਲੇ ਲੋਕਾਂ ਨੂੰ। ਹਾਂਜੀ, ਮੈਂ ਇਹੀ ਕਹਿਣਾ ਚਾਹੁੰਦਾ ਕਿ ਭੈਣ ਭਰਾ ਰਿਸ਼ਤੇਦਾਰ ਜਿੰਨੇ ਵੀ ਹੈਗੇ ਆ, ਸੱਜਣ ਮਿੱਤਰ ਹੈਗੇ ਆ, ਬਾਹਰ ਜਾਣ ਦੀ ਕੋਸ਼ਿਸ਼ ਨਾ ਕਰਨ। ਕੰਮ ਕੋਈ ਛੋਟਾ ਵੱਡਾ ਨਹੀਂ ਹੈਗਾ, ਜਿਹੜਾ ਕੰਮ ਮਿਹਨਤ ਨਾਲ ਕੀਤਾ ਜਾਂਦਾ ਉਹ ਫਲ ਦਊਗਾ। ਮਾਲਕ ਇਹੀ ਅਰਦਾਸ ਬੇਨਤੀ ਜ਼ਰੂਰੀ ਕਰੋ ਕਿ ਮਾਲਕ ਆਪਣੇ ਕੰਮ ਤੋਂ ਇਲਾਵਾ ਹੋਰ ਵੀ ਕੰਮ ਸਾਰਿਆਂ ਦੇ ਚੱਲਣ, ਕਿਰਪਾ ਕਰਨ। ਜਿਹੜੇ ਮੇਰੇ ਵੀਰ ਭਰਾ ਜਿਹੜੇ ਬਾਹਰ ਜਾਂਦੇ ਆ ਉਹ ਨਾ ਜਾਣ, ਇਸ ਤੋਂ ਚੰਗਾ ਇੱਥੇ ਆਪਣੀ ਮਿਹਨਤ ਕਰਨ, ਮਿਹਨਤ ਦਾ ਫਲ ਮਾਲਕ ਜ਼ਰੂਰ ਦਿੰਦਾ ਵਾ। ਤਾਂ ਕਹਿੰਦੇ ਨੇ ਕਿ ਕੋਈ ਕੰਮ ਛੋਟਾ ਨਹੀਂ, ਭਾਵੇਂ ਬੂਟ ਪਾਲਿਸ਼ ਕਰੋ ਜਾਂ ਫਿਰ ਰਾਕੇਸ਼ ਕੁਮਾਰ ਵਾਂਗੂ ਗੁਬਾਰੇ ਵੇਚੋ, ਜੇਕਰ ਤੁਸੀਂ ਦਿਲ ਤੋਂ ਕੰਮ ਕਰਦੇ ਹੋ ਤਾਂ ਇੱਕ ਨਾ ਇੱਕ ਦਿਨ ਤੁਹਾਡੀ ਮਿਹਨਤ ਨੂੰ ਬੂਰ ਜ਼ਰੂਰ ਪੈਂਦਾ ਹੈ। ਰਾਕੇਸ਼ ਕੁਮਾਰ ਦੀ ਇਹ ਛੋਟੀ ਜਿਹੀ ਕਹਾਣੀ ਸ਼ਾਇਦ ਉਹਨਾਂ ਸਭ ਲਈ ਰਾਹ ਦਸੇਰੀ ਹੈ ਜਿਹੜੇ ਸੋਚਦੇ ਨੇ ਕਿ ਜ਼ਿੰਦਗੀ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ ਜਾਂ ਫਿਰ ਉਹ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਸੈਂਟਰਲ ਪੰਜਾਬ TV।